ਦੋਸਤੋ, ਹਾਸਾ ਕਿੱਥੋਂ ਅਤੇ ਕਿੱਦਾਂ ਪੈਦਾ ਹੋ ਜਾਵੇ ਕੁਝ ਨਹੀਂ ਪਤਾ ਲੱਗਦਾ। ਹੁਣ ਜਿਸ ਵੀਡੀਓ ਨੂੰ ਮੈਂ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਇਆ ਹਾਂ, ਇਹ ਪੰਜਾਬ ਦੇ ਇੱਕ ਸਰਕਾਰੀ ਸਕੂਲ ਦੀ ਹੈ, ਜਿਸ ਵਿੱਚ ਪੱਤਰਕਾਰ ਸਕੂਲ ਦੇ ਬੱਚਿਆਂ ਦੀ ਇੰਟਰਵਿਊ ਕਰ ਰਿਹਾ ਹੈ ਅਤੇ ਬੱਚੇ ਨੂੰ ਇਹ ਭੁਲੇਖਾ ਲੱਗ ਗਿਆ ਹੈ ਕਿ ਕੈਮਰੇ 'ਤੇ ਹਿੰਦੀ ਵਿੱਚ ਹੀ ਗੱਲ ਕਰੀਦੀ ਹੈ। ਹੁਣ ਤੁਸੀਂ ਇਹ ਵੇਖੋ ਕਿ ਇਹ ਬੱਚਾ ਹਿੰਦੀ ਨਾਲ ਕਿੱਦਾਂ ਜੱਦੋ ਜਹਿਦ ਕਰਕੇ ਆਪਣੀ ਗੱਲ ਪੱਤਰਕਾਰ ਨੂੰ ਸਮਝਾ ਰਿਹਾ ਹੈ। ਸਤਿ ਸ਼੍ਰੀ ਅਕਾਲ ਬੱਚੇ, ਹਮ ਪੜ੍ਹਤੇ ਹੈ। ਕਿਹੜੀ ਕਲਾਸ 'ਚ ਪੜ੍ਹਦੇ ਹੈ? ਅੱਠਵੀਂ। ਅੱਠਵੀਂ 'ਚ ਪੰਜਾਬੀ ਚੱਲੂਗੀ ਕੋਈ ਨਹੀਂ? ਅਸੀਂ ਅੱਠਵੀਂ ਮੈਂ ਪੜ੍ਹਤੇ ਹੈ, ਹਮ ਬਹੁਤ ਅੱਛੀ ਪੜ੍ਹਾਈ ਕਰਤੇ ਹੈ। ਹਮ ਅੱਜ ਕੀ ਪੜ੍ਹ ਕੇ ਆਏ? ਅੱਜ ਪੜ੍ਹਾਈ ਹੋਈ ਨਹੀਂ ਹੈ। ਅੱਛਾ, ਤੇ ਕੀ ਗੱਲ, ਪੰਜਾਬੀ ਦੇ ਨਾਲ ਜੰਗ ਲੱਗੀ ਆਪਣੀ? ਪੰਜਾਬੀ ਨਾਲ ਜੰਗ ਮੁਸ਼ਕਲ ਹੀ ਹੈ, ਨਹੀਂ ਲੱਗਣੀ ਚਾਹੀਏ। ਅੱਛਾ, ਹਾਂਜੀ। ਤੇ ਕੀ ਪੜ੍ਹਦੇ ਹੁੰਦੇ ਅੱਗੇ ਪਹਿਲਾਂ, ਮਤਲਬ ਪਿਛਲੇ ਦਿਨਾਂ 'ਚ? ਪਹਿਲਾਂ ਪੜ੍ਹਦੇ ਹੁੰਦੇ ਸੀ, ਪੰਜਾਬੀ ਪੜ੍ਹਦੇ ਹੁੰਦੇ ਸੀ। ਹੁਣ ਕੀ ਪੜ੍ਹਾਉਂਦਾ ਟੀਚਰ? ਉਹ ਪੜ੍ਹਾਉਂਦੇ ਨੇ ਪ੍ਰਸ਼ਨ ਉੱਤਰ ਯਾਦ ਕਰਤੇ ਆ ਕੇ ਕਰ। ਅੱਛਾ, ਤੇ ਨਹੀਂ ਕੁੱਟਦੇ ਤਾਂ ਨਹੀਂ ਮਾਸਟਰ ਹੁਣ ਕੇ? ਬੜੀਆਂ ਸਿੱਖਦੇ ਨੇ। ਠੀਕ ਹੈ, ਕਿ ਨਹੀਂ ਕੁੱਟ ਕਾ ਤੋਂ ਪੈਂਦੇ, ਸ਼ਰਾਰਤਾਂ ਕਰਦੇ ਹੋ? ਹਾਂਜੀ। ਅੱਛਾ, ਫਿਰ ਤਾਂ ਯਾਰ ਪੈਣਗੇ ਹੀ ਆ ਬਾਈ। ਤੇ ਨਹੀਂ ਵੈਸੇ ਹੂੰ ਪੜ੍ਹਾਈ 'ਚ ਕਿਵੇਂ, ਹੁਸ਼ਿਆਰ ਹੋਣ ਲਾਇਕ ਹੋ ਕਿਵੇਂ? ਕਿਵੇਂ ਠੀਕ ਹੀ ਆ, ਨਾ ਜ਼ਿਆਦਾ ਹੁਸ਼ਿਆਰ ਨਾ ਲਾਇਕ। ਅੱਛਾ, ਪੇਪਰ ਵਧੀਆ ਹੋਈ ਜਾਂਦੇ ਨੇ। ਅੱਛਾ, ਤੇ ਸੱਤਵੀਂ ਤੱਕ ਤਾਂ ਫੇਲ ਨਹੀਂ ਕੀਤਾ ਹੋਣਾ ਤੁਹਾਨੂੰ? ਨਾ, ਅਗਾ ਨੌਵੀਂ 'ਚ ਪਤਾ ਲੱਗੇ ਤਾਂ। ਅੱਛਾ, ਅੱਠਵੀਂ ਬੋਰਡ ਦੀ ਹੈ ਨਾ? ਹਾਂਜੀ। ਅੱਛਾ, ਤੇ ਬੋਰਡ 'ਚ ਕਿਵੇਂ ਆ, ਲੱਗਣਗੇ ਬ੍ਰੇਕ ਕਿ ਨਹੀਂ? ਮੁਸ਼ਕਲ ਹੀ। ਅੱਛਾ, ਨਹੀਂ ਨਿਕਲਣਾ ਮੁਸ਼ਕਲ ਹੈ ਕਿ ਬ੍ਰੇਕ ਲੱਗਣਗੇ? ਕੀ ਪਾਸ ਹੋਣਾ ਮੁਸ਼ਕਲ ਹੈ ਕਿ ਫੇਲ ਨਹੀਂ ਹੁੰਦੇ? ਕੋਈ ਪਤਾ ਨਹੀਂ, ਹਲੇ ਤਾਂ ਪੇਪਰਾਂ 'ਚ ਪਤਾ ਲੱਗੇ ਤਾਂ ਵੱਡੇ। ਅੱਛਾ, ਹਲੇ ਤਾਂ ਕੱਚੇ ਹੋਏ ਨੇ, ਵਧੀਆ ਹੋ ਗਏ ਨੇ। ਅੱਛਾ, ਤੇ ਘਰ ਦੇ ਕਹਿੰਦੇ ਸਕੂਲ ਜਾਇਆ ਕਰੋ ਕਿ ਨਾ ਜਾਇਆ ਕਰੋ? ਜਾਂਦੇ ਘਰ ਤੱਕ ਬੜੇ ਕੱਲਦੇ ਨੇ। ਅੱਛਾ, ਪਰ ਅਗਾ ਦੀ ਮਰਜ਼ੀ ਹੈ। ਅੱਛਾ, ਕੋਟ ਕੱਟ ਤਾਂ ਨਹੀਂ ਪੈਂਦੀ? ਨਾ ਨਾ। ਅੱਛਾ, ਕੋਟ ਨਹੀਂ ਪੈਂਦੀ। ਅੱਛਾ, ਨਾ ਸਕੂਲੋਂ ਨਾ ਕਰੋ? ਨਾ ਸਕੂਲੋਂ, ਸਕੂਲੋਂ ਬੜੀਆਂ ਸਿੱਖਦੀਆਂ ਨੇ। ਅੱਛਾ, ਚਲ ਕੋਈ ਨਹੀਂ। ਤੇ ਚਲ ਮੈਨੂੰ ਐਂ ਦੱਸ ਵੀਰ ਬਣ ਕੇ, ਬਹੁਤ ਵਧੀਆ ਗੱਲ ਕਰ ਰਿਹਾ ਮੁੰਡਾ ਵੈਸੇ, ਪਰ ਹੈ ਤਾਂ ਥੋੜ੍ਹਾ ਮਿਆਕੀ। ਅੱਛਾ, ਮੈਨੂੰ ਐਂ ਦੱਸ, ਇਹ ਜਿਹੜੀਆਂ ਮਸ਼ਕਰੀਆਂ ਕਰਦਾ ਕੌਣ ਸਿਖਾਉਂਦਾ, ਕਿ ਆਪੇ ਆਉਂਦੀਆਂ? ਹਾਰਾ ਠੰਡੀਆਂ ਹੀ ਕਰਦਾ ਇਹ। ਠੀਕ ਹੈ, ਚਲ ਹੈਡ ਮਾਸਟਰ ਦਾ ਨਾਂ ਦੱਸ ਫਿਰ। ਡਿੰਪਲ ਮੈਡਮ। ਡਿੰਪਲ ਮੈਡਮ, ਤੇ ਕਿੰਨੇ ਵਿਸ਼ੇ ਆ ਤੁਹਾਨੂੰ ਅੱਠਵੀਂ ਕਲਾਸ 'ਚ, ਕਿੰਨੇ ਸਬਜੈਕਟ ਆ ਟੋਟਲ? ਨੌ। ਨੌ? ਸਾਰੇ ਨਾਂ ਦੱਸ ਸਕਦੇ? ਦੱਸ। ਪੰਜਾਬੀ, ਇੰਗਲਿਸ਼, ਹਿੰਦੀ, ਵਿਗਿਆਨ, ਸਰੀਰ ਸਿੱਖਿਆ, ਤੇ ਦੂਜੀ ਸਮਾਜਿਕ ਵਿਗਿਆਨ ਬਸ। ਤੇ ਬਾਕੀ ਨੌ ਸੀ? ਨੌ ਸੀ ਬਾਈ। ਪੰਜਾਬੀ, ਮੈਥ। ਅੱਛਾ, ਇਹਦਾ 8 7 ਹੀ ਹੋਇਆ ਜੀ। ਹੋ ਗਏ ਪੂਰੇ। ਕੰਪਿਊਟਰ? ਹਾਂਜੀ, ਕੰਪਿਊਟਰ ਵੀ ਹੈਗਾ। ਕੰਪਿਊਟਰ ਵੀ ਵਿਸ਼ਾ ਪਤੰਦਰਾ, ਕੰਪਿਊਟਰ ਮੰਨਦਾ ਹੀ ਨਹੀਂ। ਅੱਛਾ ਚੱਲ, ਹੋਰ ਗੱਲ ਦੱਸ ਵੀ, ਕਦੇ ਐਂ ਵੀ ਜੀ ਕਰਦਾ ਵੀ ਯਾਰ ਅੱਜ ਸਕੂਲ ਨਹੀਂ ਜਾਣਾ? ਬੜਾ ਜੀ ਕਰਦਾ ਪਰ ਕਰੋ ਕੇ। ਅੱਛਾ, ਵੀ ਅੱਜ ਸਕੂਲ ਨਹੀਂ ਜਾਣਾ ਹੈ? ਕਿਉਂ ਨਹੀਂ? ਸਕੂਲ ਜਾਣ ਤੇ ਜੀ ਕਰਦਾ ਪਰ ਕਰੂ ਕਈ ਵਾਰ ਨਹੀਂ ਜਾਣ ਦਿੰਦੇ। ਅੱਛਾ, ਫਿਰ ਬਹਾਨਾ ਲਾਉਣਾ ਵੀ ਬਿਮਾਰੀ ਹੈ ਜਾਂ ਕਿਵੇਂ? ਹਾਂਜੀ। ਅੱਛਾ, ਕਰਦੇ ਫਿਰ ਟੀਕਾ ਨਹੀਂ ਲਵਾਉਂਦੇ, ਡਰਦਾ ਫਿਰ ਜਾਂਦਾ ਨਹੀਂ ਸਕੂਲ? ਬੁਖਾਰ ਹੋ ਜਾਂਦਾ ਫਿਰ ਘਾਟ ਹੀ ਜਾਂਦਾ। ਅੱਛਾ, ਇਹ ਉਤਾ ਮੁਕਾ ਜਵਾਬ ਪੜਨ ਤੇ ਤਾਂ ਪਤਾ ਨਹੀਂ ਤੇਜ਼ ਹੋਊ ਕਿ ਨਾ, ਜਵਾਬ ਚੰਗੇ ਦਿੰਦਾ। ਵੈਰੀ ਗੁੱਡ, ਸ਼ਾਬਾਸ਼। ਆਪਣੇ ਨਾਲ ਹੋਰ ਵੀ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਆ। ਅੱਛਾ, ਭੱਜਣ ਵਾਲੀ ਕਿਹੜੀ ਗੱਲ ਹੈ, ਭੱਜ ਹੀ ਗਏ ਪਤੰਦਰ। ਆਪਣੇ ਨਾਲ ਵੱਡੀਆਂ ਕਲਾਸਾਂ ਦੇ ਜਵਾਕ ਨੇ। ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ਼੍ਰੀ ਅਕਾਲ ਜੀ। ਅੱਛਾ ਅੱਛਾ ਵੀਰੇ, ਅੱਜ ਦੱਸ ਦਿਓ ਛੁੱਟੀ ਹੋ ਗਈ, ਪਹਿਲਾਂ ਪਤਾ ਸੀ ਛੁੱਟੀ ਦਾ ਕਿ ਨਹੀਂ? ਨਹੀਂ, ਪਹਿਲਾਂ ਨਹੀਂ ਪਤਾ ਸੀ, ਆਹ ਹੀ ਪਤਾ ਲੱਗਾ। ਅੱਛਾ, ਹਾਂਜੀ। ਅੱਛਾ, ਅਚਨਚੇਤ ਹੋ ਗਈ? ਹਾਂਜੀ। ਅੱਛਾ,